ਸਹੀ ਕਾਂਜੀ ਮੈਂ ਲਾਪ੍ਰਿਤ ਕਰ ਹਾਜ਼ਰਾਂ ਜੀ ਨੀਸ਼ਾ ਵਰਮਾ ਦੁਆਰਾ ਲਿਖਿਆ ਗਿਆ ਨਾਵਲ ਕਰਮਾ ਵਾਲੀ ਦਾ ਪਾਗ ਛੀਮਾ ਲਾ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਇੱਕ ਨਾ ਇੱਕ ਦਿਨ ਕੁੜੀਆਂ ਨੂੰ ਆਪਣਾ ਘਰਵਾਰ ਛੱਡ ਕੇ ਜਾਣਾ ਹੀ ਪੈਂਦਾ ਹੈ ਤੂੰ ਫਿਕਰ ਨਾ ਕਰ ਉੱਥੇ ਜਾ ਕੇ ਵੀ ਤੈਨੂੰ ਸਾਡੇ ਜਿੰਨਾ ਹੀ ਪਿਆਰ ਮਿਲਣਾ ਹੈ ਦੇਖ ਤੇਰੀ ਪਾਪਾ ਨੇ ਤੇਰੇ ਲਈ ਕਿੰਨਾ ਸਿਆਣਾ ਤੇ ਵਧੀਆ ਮਿਹਨਤੀ ਮੁੰਡਾ ਲੱਭਿਆ ਮੇਰਾ ਦਿਲ ਕਹਿੰਦਾ ਉਹ ਤੈਨੂੰ ਹਮੇਸ਼ਾ ਖੁਸ਼ ਰੱਖੂਗਾ ਤੇ ਤੇਰੀ ਸੱਸ ਬਾਰੇ ਜਿੰਨਾ ਮੈਂ ਸੁਣਿਆ ਕਹਿੰਦੀ ਦਿਲ ਦੀ ਬੜੀ ਸਾਫ਼ ਔਰਤ ਇਹੋ ਜੇ ਤੂੰ ਚਾਵੇਂ ਤਾਂ ਆਪਣੇ ਸੱਸ ਸਹੁਰੇ ਨਾਲ ਵੀ ਆਪਣੇ ਮਾਪੇ ਜਿਹਾ ਪਿਆਰ pa ਸਕਦੀ ਹਾਂ ਰਣਦੀਪ ਆਪਣੀ ਮਾਂ ਦੀ ਬੁੱਕਲ ਵਿੱਚ ਸਿਰ ਰੱਖ ਹੰਝੂਆਂ ਨੂੰ ਰੋਕਦੀ ਹੋਈ ਆਪਣੇ ਆਪ ਨਾਲ ਗੱਲਾਂ ਕਰਦੇ ਕਹਿਣ ਲੱਗੀ ਕਾਸ਼ ਜੇ ਮੈਂ ਬੋਲ ਸਕਦੀ ਹੁੰਦੀ ਤਾਂ ਅੱਜ ਮੈਂ ਤੇਰੇ ਨਾਲ ਖੂਬ ਗੱਲਾਂ ਕਰਨੀਆਂ ਸੀ ਤੇਰੇ ਤੋਂ ਵਿਵਹਤਾ ਜੀਵਨ ਬਾਰੇ ਪੁੱਛ ਪੁੱਛ ਮੈਂ ਤੇਰਾ ਦਿਮਾਗ ਖਾ ਲੈਣਾ ਸੀ ਤੈਨੂੰ ਬੋਲ ਕੇ ਕਹਿੰਦੀ ਮਾਂ ਮੈਨੂੰ ਅੱਜ ਤੇ ਦਿਨ ਹੋਰ ਰੱਖ ਲਾ ਤੂੰ ਕਿਉਂ ਧੋ ਰਹੀ ਹੈ ਮੈਨੂੰ ਉੱਥੇ ਮਾਂ ਆਪਾ ਤਾਂ ਫੋਨ ਵੀ ਨਹੀਂ ਕਰ ਸਕਦੇ ਇੱਕ ਦੂਜੇ ਨੂੰ ਮੇਰੇ ਅੰਦਰ ਸਵਾਲਾਂ ਦਾ ਇੱਕ ਇੰਨਾ ਵੱਡਾ ਭਵੰਡਰ ਉੱਠ ਰਿਹਾ ਕਿ ਮੈਂ ਚਾਹ ਕਰ ਵੀ ਨਹੀਂ ਕੁਝ ਕਰ ਸਕਦੀ ਇਨੇ ਨੂੰ ਥੋੜੀ ਦੇਰ ਬਾਅਦ ਫੋਨ ਆਇਆ ਕਿ ਬਰਾਤ ਆ ਚੁੱਕੀ ਹੈ ਪਰਮਜੀਤ ਨੇ ਝਟ ਕੱਟ ਦਿਆਂ ਹਾਂਜੀ ਬਸ ਆ ਹੀ ਰਹੇ ਹਾਂ ਪਰਮਜੀਤ ਇੱਕੋ ਸਾਹ ਵਿੱਚ ਬੋਲਦਿਆਂ ਫੋਨ ਕੱਟ ਦਿੱਤਾ ਨੀ ਕੁੜੀਓ ਚਲੋ ਜਲਦੀ ਕਰੋ ਦੂਜੀ ਗੱਡੀ ਤੇ ਰਣਦੀਪ ਨੂੰ ਲੈ ਕੇ ਸਿੱਧਾ ਪੈਲੇਸ ਵਿੱਚ ਲੈ ਕੇ ਜਾਇਓ ਬਰਾਤ ਆ ਗਈ ਮੈਂ ਚਲਦੀ ਹਾਂ ਨਾਪੀ ਪਗ ਦੇ ਸਿਰ ਉੱਪਰ ਸਜੀ ਸੀਰੀ ਨਾਲ ਰਾਜੂ ਦਾ ਚਿਹਰਾ ਟਕਿਆ ਹੋਇਆ ਸੀ ਜਿਵੇਂ ਹੀ ਰਣਦੀਪ ਤਿਆਰ ਹੋ ਪੈਲੇਸ ਵਿੱਚ ਆਈ ਸਭ ਦੀਆਂ ਨਜ਼ਰਾਂ ਉਸ ਉੱਪਰ ਜਾ ਟਿਕੀਆਂ ਗਾਣੇ ਦੀਆਂ ਮਿੱਠੀਆਂ ਮਿੱਠੀਆਂ ਧੁਨਾ ਚੱਲ ਪਈਆਂ ਰਾਜੂ ਦੀ ਦੋਸਤ ਰਾਜੂ ਦੇਖ ਪਾਬੀ ਆ ਗਈ ਚਲੋ ਦੇਖਣ ਚਲੀਏ ਦਲੀਪ ਕੁਈ ਨਾ ਐਸੀ ਕੁਲ ਹੀ ਆ ਰਹੀ ਆ ਇਹਨੇ ਹੱਥ ਫੜ ਕੇ ਚੜਾਉਣਾ ਉਹਨੂੰ ਸਟੇਜ ਤੇ ਕਿਉਂ ਰਾਜੂ ਛਿੜਦਾ ਹੋਇਆ ਹੱਸਣ ਲੱਗ ਪਿਆ ਰਾਜੂ ਨੇ ਸੀੜੀ ਵਿੱਚਲੇ ਮੋਤੀ ਹੱਥ ਨਾਲ ਪਾਸੀ ਕਰਦਿਆਂ ਉਸਨੂੰ ਦੇਖਣ ਦੀ ਕੋਸ਼ਿਸ਼ ਕੀਤੀ ਪਰੰਤੂ ਆਸ-ਪਾਸੇ ਉਸਦੀ ਭਰਾਵਾਂ ਨੇ ਉਸ ਉੱਪਰ ਦੀ ਫੁਲਕਾਰੀ ਢਾਣੀ ਹੋਈ ਸੀ ਤੇ ਦੋ ਚਾਰ ਕੁੜੀਆਂ ਉਸਦੇ ਨਾਲੋਂ ਨਾਲ ਆ ਰਹੀਆਂ ਸਨ ਜਿਸ ਕਰਕੇ ਰਾਜੂ ਦੀ ਉਸਨੂੰ ਠੀਕ ਤਰ੍ਹਾਂ ਦੇਖ ਨਹੀਂ ਪਾਇਆ ਹੌਲੀ ਹੌਲੀ ਕਦਮ ਪੁੱਟ ਤੀ ਰੰਦੀਪ ਸਟੇਜ਼ ਤੱਕ ਆਈ ਤਾਂ ਰਾਜੂ ਦੀ ਨਜ਼ਰ ਉਸ ਤੇ ਪੈ ਗਈ ਰੰਦੀਪ ਨੂੰ ਨਿਹਾਰ ਉਹ ਆਪਣੀ ਹੋਸ਼ ਆਵਾਜ਼ ਖੋ ਬੈਠਾ ਉਸ ਦੀਆਂ ਪਲਕਾਂ ਇੱਕ ਪਲ ਲਈ ਵੀ ਉਸ ਉੱਪਰੋਂ ਨਹੀਂ ਹਟ ਰਹੀਆਂ ਸਨ ਰੰਦੀਪ ਲਾਲ ਜੁੜੇ ਵਿੱਚ ਇੰਨੀ ਫੱਬ ਰਹੀ ਸੀ ਕਿ ਜਿਵੇਂ ਬਿਲਕੁਲ ਚੰਨ ਦਾ ਟੁਕੜਾ ਧਰਤੀ ਤੇ ਆ ਗਿਆ ਹੋਵੇ ਉਸ ਦਾ ਚਿਹਰਾ ਜਿਵੇਂ ਕੋਈ ਖਿੜਿਆ ਗੁਲਾਬ ਹੋਵੇ ਰਾਜੂ ਦੀਆਂ ਨਜ਼ਰਾਂ ਉਸ ਉੱਪਰੋਂ ਹਟਣ ਦਾ ਨਾਮ ਨਹੀਂ ਸੀ ਲੈ ਰਹੀਆਂ ਕਿੰਨਾ ਹੀ ਚ ਉਹ ਉਸ ਉੱਪਰ ਟਿੱਕੀ ਟਿੱਕੀ ਲਗਾਈ ਦੇਖਦਾ ਰਿਹਾ ਰਣਦੀਪ ਨੂੰ ਦੇਖ ਕੋਲ ਖੜੇ ਦਲੀਪ ਦਾ ਮੂੰਹ ਵੀ ਖੁੱਲਾ ਦਾ ਖੁੱਲਾ ਹੀ ਰਹਿ ਗਿਆ ਦਲੀਪ ਦੇ ਮੂੰਹ ਵੱਲ ਦੇਖ ਨਾਲ ਦੀਆਂ ਕੁੜੀਆਂ ਵਿੱਚ ਹਾਸਾ ਛਿੜ ਗਿਆ ਉਹਨਾਂ ਵਿੱਚੋਂ ਇੱਕ ਹੱਸਦੀ ਹੋਈ ਬੋਲੀ ਮੂੰਹ ਬੰਦ ਕਰ ਲਓ ਜੀ ਨਹੀਂ ਮੱਖੀ ਪੈ ਜਾਣੀ ਐ ਇੰਨੇ ਨਾਲ ਸਾਰੀਆਂ ਖਿੜਖਿੜ ਹੱਸ ਪਈਆਂ ਇਹ ਦੇਖ ਰਾਜੂ ਨੇ ਵੀ ਆਪਣਾ ਹੋਸ਼ ਸੰਭਾਲ ਲਿਆ ਮੂਵੀ ਵਾਲੇ ਨੇ ਰਾਜੂ ਦੇ ਕੰਨ ਵਿੱਚ ਹੌਲੀ ਜਿਹੇ ਕਿਹਾ ਤੁਸੀਂ ਇੱਥੇ ਆਓ ਜੀ ਕੁੜੀ ਨੂੰ ਹੱਥ ਫੜ ਕੇ ਲੈ ਆਓ ਸਟੇਜ ਅੱਗੇ ਇੰਨਾ ਕਹਿ ਉਸਨੇ ਡੀਜੇ ਵਾਲੇ ਨੂੰ ਕਹਿ ਗਾਣਾ ਵੀ ਲਗਵਾ ਦਿੱਤਾ ਚਿਹਰੇ ਉੱਪਰ ਹਲਕੀ ਜਿਹੀ ਮੁਸਕਾਨ ਨਾਲ ਰਾਜੂ ਅੱਗੇ ਵਧਿਆ ਰਣਦੀਪ ਤੇ ਨਰਮ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈਂਦੇ ਉਸਨੇ ਰਣਦੀਪ ਨੂੰ ਸਟੇਜ ਤੇ ਲੈ ਆਉਂਦਾ ਪਹਿਲਾਂ ਦੋਨਾਂ ਦੀ ਵਰਮ ਵਾਲਾ ਕਰਵਾਈ ਗਈ ਫਿਰ ਦੋਨਾਂ ਨੂੰ ਸੋਫਿਆਂ ਤੇ ਬਿਠਾ ਦਿੱਤਾ ਗਿਆ ਇੱਕ ਇੱਕ ਕਰਕੇ ਸ਼ਗਨ ਦੀ ਰਸਮ ਅਦਾ ਕੀਤੀ ਗਈ ਸਾਰੇ ਬਰਾਤਿਆਂ ਦੀ ਪੂਰੀ ਫੁੱਲ ਸੇਵਾ ਕੀਤੀ ਗਈ ਕਾਨਪੀਂਦੇ ਪ੍ਰਬੰਧ ਵਿੱਚ ਕੋਈ ਕਮੀ ਨਹੀਂ ਸੀ ਛੱਡੀ ਗਈ ਸਾਰੇ ਬਰਾਤੀ ਪ੍ਰੋਗਰਾਮ ਦੇਖ ਬੜੇ ਖੁਸ਼ ਸਨ ਆਨੰਦਕਾਰ ਸ਼ੋਅ ਜਰਮਗਰੋਹ ਸ਼ਾਮੀ ਢੋਲੀ ਤੁਰੰਤ ਹੀ ਤਿਆਰੀ ਕੀਤੀ ਗਈ ਰਣਦੀਪ ਤੇ ਲਹਨ ਦੇਣ ਵਾਲਾ ਸਮਾਨ ਪਹਿਲਾਂ ਹੀ ਦੂਜੀ ਗੱਡੀ ਉੱਪਰ ਤੋੜ ਦਿੱਤਾ ਗਿਆ ਢੋਲੀ ਤੁਰਨ ਤੋਂ ਪਹਿਲਾਂ ਹੀ ਰਣਦੀਪ ਆਪਣੀ ਪਿਓ ਨੂੰ ਗੱਲ ਨਾਲ ਲਗਾ ਉੱਚੀ ਉੱਚੀ ਰੋਣ ਲੱਗ ਪਈ ਲੈ ਮੇਰਾ ਕਮਲਾਪੁੱਤ ਰੋਣ ਲੱਗ ਗਿਆ ਸਿਆਣੀ ਬਣੀਦਾ ਹੁੰਦਾ ਨਾਲੀ ਤੁਮ ਕਿਹੜੇ ਕਿਤੇ ਵਾਲੀ ਦੂਰ ਜਾ ਰਹੀਆਂ ਸਾਡੇ ਕੋਲ ਕੀ ਤ ਹੈ ਜਦੋਂ ਜੀ ਕਰਿਆ ਆ ਜਾਇਆ ਕਰੀਮੈਂਟ ਵਿੱਚ ਬੋਲਦੇ-ਬੋਲਦੇ ਉਸ ਦੀਆਂ ਆਪਣੀਆਂ ਅੱਖਾਂ ਵੀ ਪਰ ਆਈਆਂ ਕਿਉਂਕਿ ਇੱਕ ਪਾਪ ਦੁਨੀਆ ਦੇ ਸਾਰੇ ਦੁੱਖ ਦਰਦ ਹੱਸ ਕੇ ਸਹਿ ਲੈਂਦਾ ਵੱਡੀ ਤੋਂ ਵੱਡੀ ਮੁਸੀਬਤ ਵੀ ਆਪਣੇ ਚਿਹਰੇ ਉੱਪਰ ਮਹਿਸੂਸ ਤੱਕ ਨਹੀਂ ਹੋਣ ਦਿੰਦਾ ਪਰ ਧੀ ਦੀ ਵਿਦਾਈ ਵੇਲੇ ਉਹ ਆਪਣੀਆਂ ਜਜ਼ਬਾਤਾਂ ਨੂੰ ਰੋਕ ਨਹੀਂ ਪਾਉਂਦਾ ਸਾਰੀ ਉਮਰ ਆਪਣੇ ਬੱਚਿਆਂ ਪ੍ਰਤੀ ਸਖਤੀ ਵਰਤਣ ਵਾਲਾ ਪਿਤਾ ਦੀਦੀ ਢੋਲੀ ਤੂੰ ਵਿਲੇ ਮੂੰਹ ਬੰਕ ਪਿਗਲ ਜਾਂਦਾ ਉਸ ਦੀਆਂ ਭਾਵਨਾਵਾਂ ਪਾਣੀ ਵਾਂਗ ਵਹਿ ਤੁਰਦੀਆਂ ਪਰੰਤੂ ਫਿਰ ਵੀ ਉਹ ਪਹਿਲਾਂ ਆਪਣੀ ਧੀ ਨੂੰ ਸੰਭਾਲਦਾ ਰਹਿੰਦਾ ਵਾਰ-ਵਾਰ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਕਦੇ ਆਪਣੇ ਗੱਲ ਨਾਲ ਲਾਉਂਦਾ ਤੇ ਕਦੇ ਪਿਆਰ ਨਾਲ ਲਾੜ ਲੜਾਉਂਦਾ ਬਾਬਲ ਦੀਆਂ ਬਾਹਾਂ ਵਿੱਚ ਛੁੱਟ ਫਿਰ ਉਸ ਨੇ ਆਪਣੀ ਮਾਂ ਨੂੰ ਕੁੱਟ ਕੇ ਗਲਵਕੜੇ ਪਾ ਲਏ ਜਿਵੇਂ ਉਸ ਦੇ ਅੰਦਰੋਂ ચીਖ-ਚੀਖ ਕੇ ਆਵਾਜ਼ਾਂ ਆ ਰਹੀਆਂ ਹੋਣ ਮਾਂ ਮੈਨੂੰ ਇੱਕ ਦਿਨ ਹੋਰ ਰੱਖ ਲਾ ਮੈਨੂੰ ਜਾਨ ਤੂੰ ਰੋਕ ਲਾ ਮਾ ਪਰ ਇਹ ਸਮਾਸ ਦੀਆਂ ਬਣੀਆਂ ਰੀਤਾਂ ਅਗੇ ਕਿਸ ਦਾ ਜੋਰ ਚੱਲਦਾ ਏ ਛੁੱਟ ਜਾਂਦੀਆਂ ਨੇ ਬਾਵਲ ਦੀਆਂ ਗਲੀਆਂ ਲੈ ਜਾਂਦੇ ਦੂਰ ਸੰਜੋਗ ਫੁੱਲ ਬਣ ਕੇ ਜਦ ਖਿੜਨ ਕਾਲੀਆਂ ਲੈ ਜਾਂਦੇ ਪਰਾਏ ਲੋਕ ਇੱਕ ਪਾਲਵੀਂ ਜੰਦੀ ਵਿਆਹ ਕੇ ਇਸ ਘਰ ਤੋਂ ਦੂਜੀ ਘਰ ਚਲੇ ਗਏ ਜਿੱਥੇ ਸਭ ਹੀ ਉਸ ਲਈ ਅਣਜਾਣ ਸਨ ਉਸ ਦੇ ਦਿਲ ਵਿੱਚ ਅਨੇਕਾਂ ਹੀ ਖਿਆਲ ਆਉਂਦੇ ਤੇ ਆਪਣੇ ਆਪ ਹੀ ਪਲ ਚਮਕਦੇ ਜਾਂ ਟਿਆ ਜਾਂਦੇ ਰੰਦੀਪ ਦੀ ਢੋਲੀ ਜਿਵੇਂ ਹੀ ਸੋਰੀ ਕਰਪੂਜੀ ਬੂਹੇ ਮੂਰੀ ਨਿੱਕੀਆਂ ਨਿੱਕੀਆਂ ਕਿੰਨੀਆਂ ਹੀ ਕੁੜੀਆਂ ਤੇ ਆਣ ਗਵਣ ਦੀਆਂ ਔਰਤਾਂ ਉਸ ਨੂੰ ਦੇਖਣ ਲਈ ਇਕੱਠੀਆਂ ਹੋਈਆਂ ਸਨ ਮਲਕੀਤ ਵੀ ਨੂੰ ਉੱਪਰ ਦੇ ਪਾਣੀ ਵਾਰਨ ਲਈ ਥਾਲ ਵਿੱਚ ਸਮਾਨ ਸਜਾਈ ਖੜੀ ਹੋਈ ਸੀ ਚਰਨੋਂ ਗੁੱਡੀ ਤੇ ਹੋਰ ਸਖੀਆਂ ਮਿਲ ਕੇ ਕੋਲ ਖੜੀਆਂ ਗੀਤ गा ਰਹੀਆਂ ਸਨ ਮਲਕੀਤ ਚਿਹਰੇ ਉੱਪਰ ਝੂਠੀ-ਮੁੱਠੀ ਮੁਸਕਾਨ ਲਈ ਪਾਣੀ ਵਾਰਨ ਲੱਗੀ ਮਲਕੀਤ ਨੇ ਹਲੇ ਇੱਕ ਹੀ ਵਾਰ ਗੜਵੀ ਉਹਨਾਂ ਦੇ ਸਿਰ ਉੱਪਰ ਦੀ ਕਮਾਈ ਸੀ ਕਿ ਚਰ ਦੂਜੀ ਵਾਰ ਗੜਵੀ ਉਹਨਾਂ ਉੱਪਰ ਦੀ ਕਮਾ ਆਪਣੇ ਮੂੰਹ ਨੂੰ ਲਾਉਣ ਲੱਗੀ ਅਚਾਨਕ ਰਾਜੂ ਨੇ ਜ਼ੋਰ ਦੀ ਛਿੱਕ ਮਾਰੀ ਤੇ ਉਸ ਦਾ ਹੱਥ ਗੜਵੀ ਤੇ ਝੱਟ ਗਿਆ ਜਿਸ ਕੰਨ ਗੜਵੀ ਧਾਰ ਦੇ ਨੇ ਥੱਲੇ ਵਜੇ ਖੜਕਾ ਸੁਨਦੀਪ ਇੱਕਦਮ ਤਰਪ ਕੇ ਉੱਠੇ ਮਲਕੀਤ ਵੀ ਇੱਕਦਮ ਕਵਰਾ ਕੇ ਇੱਕ ਕਦਮ ਪਿਛਾਂ ਹੋ ਗਈ ਆਸ-ਪਾਸ ਦੀਆਂ ਖੜੀਆਂ ਔਰਤਾਂ ਮੂੰਹ 'ਤੇ ਹੱਥ ਰੱਖਦੀਆਂ ਇੱਕ ਦੂਜੇ ਨੂੰ ਕਹਿਣ ਲੱਗੀਆਂ ਹਾਈ ਨੀ ਇਹ ਕੀ ਅਫਸ਼ਾਗਨ ਹੋ ਗਿਆ ਨੂੰ ਤੇ ਪੈਰ ਹਲੇ ਇਸ ਘਰ ਵਿੱਚ ਪਏ ਹੀ ਨਹੀਂ ਕਿ ਸਸਤੇ ਮੂੰਹ ਪਹਿਲਾਂ ਹੀ ਪਾਣੀ ਛੁੱਟ ਗਿਆ ਅੱਗੇ ਪਤਾ ਨਹੀਂ ਕੀ ਕੁਝ ਹੋਊਗਾ ਇਹ ਹੀ ਬੋਲ ਸੁਣ ਰਣਜੀਤ ਦੇ ਦਿਲ ਨੂੰ ਬਹੁਤ ਥੀਸ ਪਹੁੰਚੀ ਮਲਕੀ ਤੇ ਮਨ ਵਿੱਚ ਬੁਰੇ-ਬੁਰੇ ਖਿਆਲ ਆਉਣ ਲੱਗੇ ਹਾਏ ਆ ਕੀ ਹੋ ਗਿਆ ਮੇਥੋਂ ਮੈਨੂੰ ਤਾਂ ਪਹਿਲਾਂ ਹੀ ਕੁਝ ਠੀਕ ਨਹੀਂ ਸੀ ਲੱਗ ਰਿਹਾ ਤੇ ਹੁਣ ਆਹ ਹੋ ਗਿਆ ਇਸ ਤੋਂ ਪਹਿਲਾਂ ਮਲਕੀਤ ਕੁਝ ਹੋਰ ਬੋਲਦੀ ਰਾਜੂ ਨੇ ਗੱਲ ਸੰਭਾਲ ਲਈ ਕੁਝ ਨਹੀਂ ਹੋਇਆ ਮੰਮੀ ਸਭ ਠੀਕ ਤਾਂ ਮੈਨੂੰ ਬਹੁਤ ਨੀਂਦ ਆ ਰਹੀ ਸੀ ਤਾਂ ਕਰਕੇ ਕੁਝ ਪਤਾ ਨਹੀਂ ਚੱਲਿਆ ਕਿਵੇਂ ਮੇਰਾ ਹੱਥ ਵਜਿਆ ਇਨਾ ਕੇ ਗੜਵੀ ਚੁੱਕ ਦੁਬਾਰਾ ਉਸ ਦੇ ਹੱਥਾਂ ਵਿੱਚ ਦੇ ਦਿੱਤੀ ਮਲਕੀਤ ਪਰ ਅਪਸ਼ਗਨ ਰਾਜੂ ਹੋਈ ਕੋਈ ਅਪਸ਼ਗਨ ਸ਼ਗਨ ਨਹੀਂ ਹੋਇਆ ਸਭ ਠੀਕ ਆ ਤੁਸੀਂ ਤਾਂ ਮੇ ਬਮਾ ਪਰਮਾ ਵਿੱਚ ਪਏ ਹੋ ਚਲੋ ਆਜੋ ਤੁਹਾਨੂੰ ਅੰਦਰ ਚਲ ਕੇ ਪਲਾਦਮਾ ਦਾ ਪਾਣੀ ਰਜਨੀ ਗਲਹਾਸੀ ਮਖੌਲ ਵਿੱਚ ਹੀ ਟਾਲਣ ਦੀ ਕੋਸ਼ਿਸ਼ ਕੀਤੀ ਪਰ ਮਲਕੀ ਤੇ ਦਿਲ ਦੀ ਬੇਚੈਨੀ ਹੋਰ ਵੀ ਵਧ ਗਈ ਉਸ ਦਾ ਮੂੰਹ ਲਟਕ ਗਿਆ ਇਹ ਸਭ ਦੇਖ ਤੇ ਸਰਜਨ ਬੋਲਿਆ ਕੋਈ ਇਹਦੇ ਵੱਲ ਦੇਖ ਲੋ ਵਿਚਾਰੀ ਨੂੰ ਕਦੋਂ ਦੀ ਖੜਾ ਰੱਖਿਆ ਤੁਸੀਂ ਤੁਹਾਡੀਆਂ ਰਸਮਾਂ ਖਤਮ ਹੋ ਗਈਆਂ ਹੁਣ ਤਾਂ ਇਹਨੂੰ ਵੀ ਲੈ ਚਲੋ ਅੰਦਰ ਵਿਚਾਰੀ ਨੂ ਰਾਣੀ ਥੱਕ ਗਈ ਹੋਣੀ ਆ ਇਨਾ ਕਹਿੰਦੇ ਕਿ ਗੁੱਡੀ ਰਣਦੀਪ ਨੂੰ ਲੈ ਕੇ ਅੰਦਰ ਚਲੀ ਗਈ ਰਣਦੀਪ ਨੂੰ ਲੈ ਜਾ ਅੰਦਰ ਬਿਠਾ ਦਿੱਤਾ ਗਿਆ ਉਸ ਦੇ ਆਸ-ਪਾਸੇ ਛੋਟੀਆਂ-ਛੋਟੀਆਂ ਕੁੜੀਆਂ ਬੈਠੀਆਂ ਉਸ ਵੱਲ ਬੜੇ ਗੌਰ ਨਾਲ ਦੇਖ ਰਹੀਆਂ ਸਨ ਉਹ ਕਦੇ ਰਣਦੀਪ ਵੱਲ ਦੇਖ ਹੱਸ ਪੈਂਦੀਆਂ ਤੇ ਸ਼ਰਮਾ ਨੀਮੀ ਪਾ ਲੈਂਦੀਆਂ ਤੇ ਉਸ ਦੇ ਚੂੜੇ ਨੂੰ ਹੱਥ ਲਾਲਾ ਦੇਖਣ ਲੱਗ ਜਾਂਦੀਆਂ ਉਹਨਾਂ ਛੋਟੇ-ਛੋਟੇ ਬੱਚਿਆਂ ਤੋਂ ਇਲਾਵਾ ਉਸ ਕਮਰੇ ਵਿੱਚ ਹੋਰ ਕੋਈ ਨਹੀਂ ਸੀ ਰਣਦੀਪ ਮਨ ਹੀ ਮਨ ਸੋਚ ਰਹੀ ਸੀ ਕੀ ਮਹਿਤਾ ਸੁਣਿਆ ਸੀ ਚਤ ਕੁੜੀ ਵਿਆਹ ਕਿ ਪਹਿਲੀ ਵਾਰ ਆਪਣੇ ਸਹੁਰੇ ਘਰ ਜਾਂਦੀ ਆ ਤਾਂ ਸੱਸ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਤੇ ਸਾਰੇ ਉਸ ਦੇ ਅੱਗੇ ਪਿੱਛੇ ਮੱਖੀਆਂ ਵਾਂਗ ਇਕੱਠੇ ਹੋ ਜਾਂਦੇ ਨੇ ਖੂਬ ਹਾਸੀ ਮਖੌਲ ਹੁੰਦਾ ਨੱਚਣਾ ਗਾਣਾ ਤੇ ਹੋਰ ਵੀ ਨਿੱਕੀਆਂ ਨਿੱਕੀਆਂ ਕਿੰਨੀਆਂ ਹੀ ਰਸਮਾਂ ਹੁੰਦੀਆਂ ਪਰ ਇੱਥੇ ਤਾਂ ਇਹੋ ਜਿਹਾ ਕੁਝ ਨਹੀਂ ਦਿਖਾਈ ਦੇ ਰਿਹਾ ਇੰਨੀ ਸੁੰਨਸਾਂ ਚਹੀ ਕਿਉਂ ਮਹਿਸੂਸ ਹੋ ਰਹੀ ਹੈ ਮੈਨੂੰ ਕਿ ਕਿਸੇ ਨੂੰ ਸ਼ਾਇਦ ਮੇਰੇ ਆਉਣ ਦੀ ਖੁਸ਼ੀ ਨਹੀਂ ਜਾਂ ਰਨਦੀਪ ਹਲੇ ਆਪਣੇ ਖਿਆਲਾਂ ਨਾਲ ਜੁੰਝ ਰਹੀ ਸੀ ਕਿ ਇੰਨੇ ਨੂੰ ਬਾਰੂ ਛੋਟਾ ਜਿਹਾ ਬੱਚਾ ਦੌੜਦਾ ਹੋਇਆ ਆਇਆ ਤੇ ਉਸਦੀ ਬੁੱਕਲ ਵਿੱਚ ਆ ਬੈਠ ਗਿਆ ਰਨਦੀਪ ਨੇ ਪਿਆਰ ਨਾਲ ਉਸਦੀ ਗੋਰੀ ਗੱਲਾ ਉੱਪਰ ਹੱਥ ਫੇਰਦਿਆਂ ਉਸ ਨੂੰ ਪਿਆਰ ਦਿੱਤਾ ਤੇ ਮੁਸਕਰਾ ਪਈ ਚਾਚੀ ਚਾਚੀ ਮੈਂ ਦੀਪੂ ਦੀਪੂ ਕੁਝ ਪੁੱਛੇ ਬਿਨਾਂ ਹੀ ਤੋਤਲੀ ਜਿਹੀ ਆਵਾਜ਼ ਵਿੱਚ ਆਪਣੇ ਆਪ ਹੀ ਆਪਣੇ ਬਾਰੇ ਦੱਸਣ ਲੱਗਿਆ ਰਨਦੀਪ ਕਿੰਨਾ ਪਿਆਰਾ ਬੱਚਾ ਏ ਕਿਸਦਾ ਹੋ ਸਕਦਾ ਤੇ ਮੈਨੂੰ ਚਾਚੀ ਚਾਚੀ ਕਿਉਂ ਕਹਿ ਰਿਹਾ ਸ਼ਾਇਦ ਹੋ ਸਕਦਾ ਇਹਨਾਂ ਦੀ ਰਿਸ਼ਤੇਦਾਰੀ ਵਿੱਚ ਹੋਣਾ ਕੋਈ ਚਲੋ ਕੋਈ ਬੱਚਾ ਹੀ ਸਹੀ ਕਿਸੇ ਨੇ ਤਾਂ ਆਪਣੇ ਪਰਹੁੰਨ ਦਾ ਅਹਿਸਾਸ ਕਰਵਾਇਆ ਨਹੀਂ ਇੱਥੇ ਤਾਂ ਸਭ ਕੁਝ ਪਰਾਇਆ ਪਰਾਇਆ ਜਿਹਾ ਜਾਪ ਰਿਹਾ ਸੀ ਆਪਣੇ ਮਨ ਵਿੱਚ ਸੋਚਦੀ ਹੋਈ ਬੋਲ ਰਹੀ ਸੀ ਇੰਨੇ ਨੂੰ ਬਾਰ ਉੱਚੀ ਉੱਚੀ ਆਵਾਜ਼ਾਂ ਲੱਗੀਆਂ ਆਵਾਜ਼ ਸੁਣਦੀ ਬੁੱਸ ਸਹਿਮ ਗਿਆ ਓਹੋ ਲੱਗਦਾ ਫੇ ਲੜਾਈ ਹੋ ਗਈ ਲੜਾਈ ਦੇ ਨਾਮ ਸੁਣਦੇ ਹੀ ਰੰਦੀਪ ਡਰ ਗਿਆ ਉਸਦੇ ਦਿਲ ਦੀਆਂ ਧੜਕਣਾ ਇਕਦਮ ਤੇਜ਼ ਹੋ ਗਈਆਂ ਉਸਦੇ ਮਨ ਵਿੱਚ ਉਲਟੇ ਜਿਹੇ ਖਿਆਲ ਆਉਣ ਲੱਗੇ ਵੀਚਨ ਮੰਨ ਲਹਾ ਹੁਆ ਸੀ ਪਾਸੇ ਸੁੰਨਸਾਨ ਕੰਧਾਂ ਕੋਲਿਆਂ ਨੂੰ ਦੇਖਦੀ ਰਹੀ ਥੋੜੇ ਸਮੇਂ ਬਾਅਦ ਗੁੱਡੀ ਅੰਦਰ ਆ ਗਈ ਆਉਂਦੀ ਹੀ ਮੋਟੂ ਉਸਦੀ ਬੁੱਕਲ ਵਿੱਚੋਂ ਖੜਾ ਕਰ ਦਿਆਂ ਜਾ ਪੁੱਤ ਬਾਹਰ ਜਾ ਕੇ ਕਿੜ ਚਾਚੀ ਥੱਕ ਗਈ ਹੋਣੀ ਆ ਕੀ ਨੂੰ ਆਰਾਮ ਕਰਨ ਦੇ ਇਸ ਔਨ ਮੋਟੂ ਕੁੱਟ ਕੇ ਬਾਹਰ ਚਲਾ ਗਿਆ ਅੰਦਰ ਵੀ ਵਰੋਂ ਆਉਂਦੀਆਂ ਆਵਾਜ਼ਾਂ ਉੱਚੀ ਉੱਚੀ ਸੁਣਾਈ ਦੇ ਰਹੀਆਂ ਸਨ ਗੁੱਡੀ ਕੱਲ ਸੰਭਾਲਦੀਆਂ ਪਹਿਲਾਂ ਹੀ ਹੱਸ ਕੇ ਕਹਿਣ ਲੱਗੀ ਵਿਆਹ ਸ਼ਾਦੀ ਵਿੱਚ ਛੋਟੀਆਂ ਮੁੱਟੀਆਂ ਲੜਾਈਆਂ ਹੁੰਦੀਆਂ ਹੀ ਰਹਿੰਦੀਆਂ ਤੂੰ ਫਿਕਰ ਨਾ ਕਰ ਇੰਨਾ ਕਿਆ ਉਸੇ ਕੋਲ ਬੈ ਗਈ ਇੰਨਾ ਭਾਰੀ ਲਹਿੰਗੇ ਸੰਭਾਲਿਆ ਨਹੀਂ ਜਾਦਾ ਹੋਊਗਾ ਗਰਮੀ ਵੀ ਬਹੁਤ ਤਾਂ ਐ ਕਰ ਇਹਨੇ ਲਹਿੰਗਾ ਉਤਾਰ ਕੇ ਕੋਈ ਸੂਟ ਪਾ ਲਾ ਤੁਰਖ ਮੈਂ ਸਾਧੀਆਂ ਕੁੜੀਆਂ ਨੂੰ ਤੇਰੀ ਮਦਦ ਕਰ ਦੇਣਗੀਆਂ ਇਹਨਾਂ ਕੈ ਗੁੱਡੀ ਬਾਹਰ ਚਲੀ ਗਈ ਅਸਲ ਵਿੱਚ ਨੂੰ ਦੇ ਘਰ ਆਜਨ ਮੰਗਰੋਂ ਤੇ ਪਾਣੀ ਵਾਰਨ ਵੇਲੇ ਹੋਈ ਅਪਸ਼ਗਨ ਨੂੰ ਲੈ ਕੇ ਚੈਨੂ ਗੱਲਾਂ-ਗੱਲਾਂ ਵਿੱਚ ਮਲਕੀਤ ਨੂੰ ਫਿਰ ਛੇੜ ਬੈਠੀ ਜਿਸ ਕਲ ਦਾ ਮਲਕੀਤ ਨੂੰ ਬੜਾ ਗੁੱਸਾ ਆਇਆ ਤੇ ਉਸਨੇ ਚੈਨੂ ਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ ਜਿਸ ਕਰਕੇ ਚੈਨੂ ਨੇ ਮੂੰਹ ਮੋਟਾ ਕਰ ਲਿਆ ਤੇ ਦੋਨੋਂ ਵਿਚਾਲੇ ਫਿਰ ਬਹਿਸ ਹੋਣ ਲੱਗ ਪਏ ਕਰ ਵਿੱਚ ਹੋ ਲੜਾਈ ਦਾ ਮਾਹੌਲ ਨਾ ਬਣੇ ਇਸ ਲਈ ਡੀਜੀ ਡੁਜੀ ਸਭ ਬੰਦ ਕਰਵਾ ਦਿੱਤੇ ਮੱਖਣ ਤੇ ਸੁਰਜਨ ਨੇ ਮਿਲ ਕੇ ਮਸਾ ਮਾਮਲਾ ਸ਼ਾਂਤ ਕਰਵਾਇਆ ਗੁੱਡੀ ਮਲਕੀਤ ਨੂੰ ਪਾਸੇ ਲਿਜਾ ਸਮਝਾਉਂਦੀ ਹੋਈ ਬੋਲੀ ਅੱਛਾ ਅੱਛ ਤੇ ਦਿਨ ਤਾਂ ਚਪਰੇ ਜਾਂਦੀਆਂ ਉਹ ਅੰਦਰ ਬਠੀ ਕੀ ਸੋਚਦੀ ਹੋਣੀ ਆ ਵਿਚਾਰੀ ਕਿ ਇੰਨਾ ਘਰੇ ਆ ਕੁਝ ਹੁੰਦਾ ਥੋੜਾ ਮੋਟਾ ਤਾਂ ਸ਼ਰਮ ਲਿਆਜ ਕਰੋ ਉਹ ਤਾਂ ਚਲ ਜੀ ਕੋ ਜਹੀ ਆ ਸੋ ਹੈ ਪਰ ਤੂ ਤਾਂ ਸਿਆਣੀ ਬਣ ਨੂੰ ਮੁੰਡਿਆਂ ਦੇ ਸੁਆ ਦਾ ਪਤਾ ਹੀ ਆ ਐਵੇਂ ਜੀ ਗੱਲ ਅੱਗੇ ਵਧ ਗਈ ਫਿਰ ਗੁੱਡੀ ਤੇ ਕਾਂਤੀ ਮਲਕੀਤ ਨੇ ਚੁੱਪ ਵੱਟ ਲਈ ਮਾਮਲਾ ਥੋੜਾ ਸ਼ਾਂਤ ਹੋਣ ਮਗਰੋਂ ਮਲਕੀਤ ਆਪਣੀ ਨੂੰਹ ਕੋਲ ਜਾ ਬੈਠ ਕੇ ਥੋੜੀ ਦਿਰ ਮਗਰੋਂ ਰਾਜੂ ਦੇ ਦੋਸਤਾਂ ਕਹਿ ਕੇ ਫਿਰ ਗਾਣੇ ਚਲਾ ਲੇ ਤੇ ਨੱਚਣਾ ਸ਼ੁਰੂ ਕਰ ਦਿੱਤਾ ਗਲੀਪ ਨੱਚਦਾ ਨੱਚਦਾ ਰਾਜੂ ਨੂੰ ਖਿੱਚ ਲਿਆ ਆ ਤੇ ਬੋਲਿਆ ਓਏ ਉਹ ਗਾਣਾ ਲਗਵਾਓ ਯਾਰ ਮੁੰਡਾ ਆਪਣੇ ਵਿਆਹ ਦੀ ਵਿੱਚ ਨੱਚਦਾ ਫਿਰੇ ਇਨਾ ਕੇ ਨੇ ਗਾਣਾ ਚੱਲ ਪਿਆ ਰਾਜੂ ਨਾ ਚਾਹੁੰਦਾ ਹੋਇਆ ਵੀ ਦੋਸਤਾਂ ਦੀ ਖੁਸ਼ੀ ਲਈ ਹੱਥ ਪੈਰ ਮਾਰਨ ਲੱਗ ਪਿਆ ਇੰਨੇ ਨੂੰ ਗਵੰਡੀਆਂ ਦੀ ਇੱਕ ਔਰਤ ਜੂਰਸਤ ਦੇ ਵਿੱਚ ਰਾਜੂ ਦੀ ਭਾਬੀ ਲੱਗਦੀ ਸੀ ਰਾਜ ਨੂੰ ਟਿੱਚਣਾ ਕਰਦੀ ਹੋਈ ਬੋਲੀ ਤੇ ਵਜੀ ਗੱਲ ਨਹੀਂ ਬਣੀ ਚਾਹਤਾ ਉਹਨਾਂ ਨੂੰ ਵੀ ਲਾਉ ਹੱਥ ਫੜ ਕੇ ਜੋੜੀ ਸਨੇ ਨੱਚੋ ਫਿਰ ਦੇਖੀ ਜਾਂਦੀ ਇੰਨਾ ਸੁਣਦਿਆਂ ਹੀ ਸਾਰੇ ਜਣੇ ਉਸ ਨੂੰ ਕਹਿਣ ਲੱਗ ਪਏ ਹਾ ਯਾਰ ਪਰ ਚਾਹੀ ਨੂੰ ਲਿਆਉ ਨਾ ਜਾ ਕੇ ਅਸੀ ਵੀਖ ਲਈਏ ਪਰ ਚਾਈ ਕਿੱਥੇ ਨੱਚਦੀ ਆ ਕਿ ਹੱਸਣ ਲੱਗ ਪਈ ਈਸ ਨੂੰ ਰਾਜੂ ਨੱਚਦਾ ਨੱਚਦਾ ਰੁਕ ਗਿਆ ਉਸ ਦੇ ਮਨ ਵਿੱਚ ਇੱਕ ਪੀਚੰਨੀ ਜਹੀ ਸ਼ਾਗਈ ਉਸ ਨੂੰ ਖੁਦ ਨਹੀਂ ਸਮਝ ਆ ਰਹੀ ਸੀ ਕਿ ਉਸ ਨਾਲ ਕੀ ਹੋ ਰਿਹਾ ਉਸ ਦਾ ਦਿਲ ਕੁਝ ਹੋਰ ਕਹਿ ਰਿਹਾ ਸੀ ਤੇ ਮਨ ਕੁਝ ਹੋਰ ਉਹ ਖੁਸ਼ ਹੋਣ ਦੀ ਪੂਰੀ ਕੋਸ਼ਿਸ਼ ਤਾਂ ਕਰ ਰਿਹਾ ਸੀ ਪਰ ਉਸ ਦਾ ਦਿਲ ਉਸ ਨੂੰ ਮਨਜ਼ੂਰੀ ਨਹੀਂ ਦੇ ਰਿਹਾ ਸੀ ਜਿਵੇਂ ਉਸ ਦੇ ਦਿਲ ਅੰਦਰ ਫਿਆਦ ਕੋਈ ਚਾਹੀ ਨਾ ਹੋਵੇ ਪਰੰਤੂ ਫਿਰ ਵੀ ਸਭ ਦੇ ਕਹਨਤੇ ਉਹ ਅੰਦਰ ਜਾ ਰੰਦੀਪ ਨੂੰ ਲੈਣ ਲਈ ਚਲਾ ਗਿਆ ਪਹਿਰਾਂ ਤੇ ਵਿੱਚ ਚਾਂਜਰ ਛਣਕੇ ਹੱਥੇ ਚੂੜਾ ਪਾਇਆ ਤਿੱਖਾ ਨਖਸ਼ਰਵ ਤਕੀਆਂ ਵਿੱਚ ਕਾਲਾ ਕਜਲ ਪਾਇਆ ਚਨ ਵਰਗਾ ਉਹਦਾ ਸੋਨਾ ਮੁਖੜਾ ਪਹਿਲਾਂ ਵੇਖ ਰਾਜੂ ਸ਼ਰਮਾਇਆ ਨਹੀਂ ਫਿਰ ਅੰਦਰ ਜਾ ਉਹਦਾ ਹੱਥ ਫੜਕੇ ਉਹਨੂੰ ਆਪ ਜਾ ਕੇ ਲਿਆਇਆ ਹੌਲੀ ਹੌਲੀ ਜਦ ਨੱਚੇ ਸ਼ਕੀਨਨ ਵੇਖ ਹੋਸ਼ ਗਵਾਇਆ ਨਹੀਂ ਅੱਜ ਦਿਨ ਖੁਸ਼ੀਆਂ ਦਾ ਬੜੀ ਚਿਰਾਂ ਤੋਂ ਆਇਆ ਨਹੀਂ ਅੱਜ ਦਿਨ ਖੁਸ਼ੀਆਂ ਦਾ ਬੜੀ ਚਿਰਾਂ ਤੋਂ ਆਇਆ ਰਾਜੂ ਨੂੰ ਰਣਦੀਪ ਦਾ ਹੱਥ ਫੜੀ ਆਉਂਦਿਆਂ ਦੀ ਉਸਦੀ ਭਾਬੀ ਨੇ ਉਸਦੀ ਛੇੜਦਿਆਂ ਬੋਲੀ ਪਈ ਆਸੇ-ਪਾਸੇ ਖੜੇ ਸਾਰਿਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਹਨੇ ਨੂੰ ਨਾਲ ਹੀ ਇੱਕ ਰੋਮਾਂਟਿਕ ਜਿਹਾ ਗੀਤ ਚੱਲ ਪਿਆ ਸਾਰੇ ਉਹਨਾਂ ਦੇ ਆਲੀ ਦੀਵਾਲੀ ਖੜੀ ਸਨ ਰਣਦੀਪ ਤੇ ਚਿਹਰੇ ਉੱਪਰ ਗੈਰੀ ਲਾਲਿਸ਼ ਆ ਗਈ ਉਸਨੇ ਤਾਂ ਸ਼ਰਮਾ ਕੇ ਨੀਮੀ ਹੀ ਪਾਲੇ ਸੂਟ ਸਲਵਾਰ ਵਿੱਚ ਤਾਂ ਰਣਦੀਪ ਹੋਰ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਉਸ ਦੀ ਸੂਰ ਤੋਂ ਕਿਸੇ ਦੀ ਨਜ਼ਰ ਨਹੀਂ ਸੀ ਹਟ ਰਹੀ ਉਸ ਦੀ ਹਾਸੂ ਹਾਸੂ ਕਰਦੇ ਚਿਹਰੇ ਨੇ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ ਉਸ ਨੂੰ ਦੇਖ ਕੇ ਇੱਕ ਪਲ ਇਦਾਂ ਗਲੀਪ ਨੂੰ ਵੀ ਇਹ ਸੋਚ ਜਲਿਸ਼ ਹੋਣ ਲੱਗੀ ਕਿ ਕਾਸ਼ ਮੈਂ ਇਹ ਹੀ ਰੱਪਤੀ ਦਿੱਤੀ ਸਗਾਤ ਨੂੰ ਨਾ ਠਕਰਾਇਆ ਹੁੰਦਾ ਤਾਂ ਇਹ ਨਗੀਨਾ ਅੱਜ ਮੇਰੇ ਘਰ ਆਉਣਾ ਸੀ ਫਿਰ ਆਪਣੇ ਆਪ ਹੀ ਆਪਣੇ ਸੋਚਾਂ ਦੀ ਲੜੀ ਨੂੰ ਤੋੜਦਾ ਹੋਇਆ ਅੱਗੇ ਵਧਦਾ ਹੈ ਇੱਕ ਹੱਥ ਨਾਲ ਰਾਜੂ ਦਾ ਤੇ ਦੂਜੇ ਹੱਥ ਨਾਲ ਰਣਦੀਪ ਦਾ ਹੱਥ ਫੜ ਉਹਨਾਂ ਨੂੰ ਨਿਚੋਣ ਲੱਗਦਾ ਹੈ ਰਾਜੂ ਹੱਸਦਾ ਹੋਇਆ ਹੱਥ ਪੈਰ ਮਾਰਨ ਲੱਗ ਜਾਂਦਾ ਹੈ ਰਣਦੀਪ ਵੀ ਹੌਲੀ-ਹੌਲੀ ਚਿਹਪਾ ਪੁੱਟਦੀ ਸ਼ਰਮਾ ਜਾਂਦੀ ਹੈ ਇੱਕੇ ਕਰਕੇ ਸਵੇ ਵਾਰੋਵਾਰੀ ਉਹਨਾਂ ਉੱਪਰ ਦੀ ਪੈਸੇ ਵਾਰ ਸੁੱਟਦੀ ਰਹੀ ਤੇ ਕਦੇ ਨੱਚਣ ਲੱਗ ਜਾਂਦੇ ਥੋੜਾ ਜਿਹਾ ਜਿਹੜਾ ਸਭ ਦੀ ਖੁਸ਼ੀ ਵਿੱਚ ਸ਼ਾਮਲ ਹੋ ਰਾਜੂ ਹੱਥ ਛੱਡ ਫੋਨ ਕੰਨ 'ਨ ਲਗਾ ਵਾਹ ਚਲਾ ਗਿਆ ਹਰਨਦੀਪ ਨੂੰ ਵੀ ਉਸ ਦੇ ਕਮਰੇ ਵਿੱਚ ਲਜਾ ਬਿਠਾ ਦਿੱਤਾ ਗਿਆ ਨੱਚਣ ਕੁਦਰ ਮੰਗਰੋ ਥੱਕ ਹਾਰ ਆਣ ਖਾਂਦੇ ਲੋਕ ਆਪੋ ਆਪਣੇ ਘਰ ਚਲੇ ਗਏ ਕਾਫੀ ਰਿਸ਼ਤੇਦਾਰ ਪਹਿਲਾਂ ਹੀ ਆਪੋ ਆਪਣੇ ਘਰ ਚਲੇ ਗਏ ਸਨ ਤੇ ਥੋੜੇ-ਮੋٹے ਰਹਿੰਦੇ ਵੀ ਆਪੋ ਆਪਣੇ ਟਿਕਾਣੇ ਸਿਰ ਲੱਗ ਪਹਿਲਾਂ ਹੀ ਮੰਝਾ ਮੰਲ ਲਿਆ। ਕਾਫੀ دیر ਰਾਤ ਹੋ ਚੁੱਕੀ ਸੀ। ਰੰਦੀਪ ਆਪਣੇ ਸਜਾਈ ਕਮਰੇ ਵਿੱਚ ਤੁਲਨ ਬਣੀ ਬੈਠੀ ਹੋਈ ਸੀ। ਕਾਫੀ دیر ਤੱਕ ਉਹ ਰਾਜੂ ਦਾ ਇੰਤਜ਼ਾਰ ਕਰਦੀ ਰਹੀ। ਸਾਰੇ ਦਿਨ ਦੀ ਥੱਕ ਹਰ ਜਾਨ ਪਿੱਛੋਂ ਉਸ ਦੀਆਂ ਅੱਖਾਂ ਵਿੱਚ ਨੀਂਦ ਰੜਕ ਰਹੀ ਸੀ। ਉਸ ਨੂੰ ਵਾਰ-ਵਾਰ ਨੀਂਦ ਦੇ ਟੋਲੇ ਆ ਰਹੇ ਸਨ ਜਿਸ ਕਰਕੇ ਇੰਤਜ਼ਾਰ ਕਰਦੇ ਕਰਦੇ ਉਸ ਨੂੰ ਪਤਾ ਹੀ ਨਾ ਲੱਗਾ ਕਦ ਉਸ ਦੀ ਅੱਖ ਲੱਗ ਗਈ। ਸਵੀਰ ਦੀ ਪਹਿਲੀ ਕਿਰਨ ਨਾਲ ਜਿਵੇਂ ਹੀ ਉਸ ਦੀ ਅੱਖ ਖੁੱਲੀ ਤਾਂ ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਇਕੱਲਿਆਂ ਪਾਇਆ ਅੱਜ ਮੈਨੂੰ ਮਮਾ ਜਗਾਣ ਕਿਉਂ ਨਹੀਂ ਆਏ ਨੀਂਦਰਾ ਵਿੱਚ ਹੀ ਸੋਚਣ ਲੱਗੀ ਫਿਰ ਜਿਵੇਂ ਹੀ ਉਸ ਨੇ ਆਪਣਾ ਹੋਸ਼ ਸੰਭਾਲ ਲਿਆ ਇੱਕੋ ਦਮ ਤਰਫ ਕਿ ਉੱਠੀ ਆ ਮੈਂ ਕਿੱਥੇ ਆ ਬੜੀ ਹੈਰਾਨੀ ਨਾਲ ਆਸ-ਪਾਸੇ ਝਾਕਦੇ ਹੋਈ ਆਪਣੇ ਆਪ ਨੂੰ ਪੁੱਛਣ ਲੱਗੀ ਫਿਰ ਆਪਣੇ ਹੱਥਾਂ ਵਿੱਚ ਪਾਈ ਲਾਲ ਝੂੜੀ ਨੂੰ ਦੇਖ ਚੌਕ ਗਈ ਮੇਰਾ ਸੱਚੀ ਵਿਆਹ ਹੋ ਗਿਆ ਕਦੇ ਕੋਈ ਸੁਪਨਾ ਤਾਂ ਨਹੀਂ ਵੈਟ ਕੋਲ ਪਈ అలਾਰਮ ਘੜੀ ਵੱਲ ਦੇਖਦੀ ਹਾਈ 7 ਵਜ ਗਏ ਤੇ ਮੈਂ ਹੁਣ ਉੱਠੀ ਆ ਸੋਚਦੀ ਹੋਈ ਝਟ ਖੜੀ ਹੋ ਗਈ ਜਿਵੇਂ ਉਹ ਪੈਟ ਉੱਪਰ ਉੱਠੀ ਤਾਂ ਉਸਨੇ ਦੇਖਿਆ ਰਾਜੂ ਸੋਫੇ ਉੱਪਰ ਬੜੀ ਆਰਾਮ ਨਾਲ ਗੂੜੀ ਨੀਂਦੇ ਗਵਾਚਿਆ ਹੋਇਆ ਸੀ ਉਸ ਨੂੰ ਇੰਜ ਸੋਫੇ ਤੇ ਲੇਟੇ ਦੇਖ ਰੰਦੀਪ ਸੋਚਣ ਲੱਗੀ ਇਹ ਕਦੋਂ ਆਏ ਇਹ ਕੁਛ ਬੋਲੇ ਹੀ ਨਹੀਂ ਰਨਦੀਪ ਹਲੇ ਸਵਾਲਾਂ ਦੀ ਪਹੇਲੀ ਵਜਾ ਹੀ ਰਹੀ ਸੀ ਕਿ ਇੰਨੇ ਰਾਜੂ ਦੀ ਅੱਖ ਖੁੱਲ ਗਈ ਸਵੇਰੇ ਸਵੇਰੇ ਉਸਨੇ ਪਹਿਲਾਂ ਰਨਦੀਪ ਦਾ ਸਿਰ ੱਟਕਿਆ ਰਨਦੀਪ ਨੂੰ ਇਸ ਤਰ੍ਹਾਂ ਆਪਣੇ ਵੱਲ ਘੂਰਦਿਆਂ ਦੇਖ ਉਹ ਬਿਨਾਂ ਕੁਝ ਬੋਲੇ ਹੀ ਉੱਠ ਕੇ ਬਾਹਰ ਚਲਾ ਗਿਆ ਇਹ ਦੇਖ ਰਨਦੀਪ ਨੂੰ ਥੋੜਾ ਅਜੀਬ ਲੱਗਿਆ ਇੰਨੇ ਨੂੰ ਗੁੱਡੀ ਉਸ ਕੋਲ ਆਉਂਦਿਆਂ ਬੋਲੀ ਉੱਠ ਕੇ ਪੁੱਤ ਚਲ ਐਂਕਰ ਜਲਦੀ ਜੀ ਨਹਾ ਕੇ ਤਿਆਰ ਹੋ ਜਾ ਆ ਸਰੀ ਮੂੰਹ ਦਿਖਾਈ ਦੀ ਰਸਮ ਹੈ ਗੁੱਡੀ ਦੀ ਕਹਿੰਦੇ ਹੈ ਰਣਦੀਪ ਨਹਾਤੋ ਕੀ ਤਿਆਰ ਹੋ ਗਈ ਥੋੜੇ ਸਮੇਂ ਬਾਅਦ ਰਣਦੀਪ ਤੇ ਮੂੰਹ ਦਿਖਾਈ ਦੀ ਰਸਮ ਸ਼ੁਰੂ ਹੋ ਗਈ ਇਸ ਰਸਮ ਵਿੱਚ ਆਸ-ਪਾਸ ਦੀਆਂ ਔਰਤਾਂ ਵੀ ਸ਼ਾਮਲ ਹੋਈਆਂ ਇੱਕ-ਇੱਕ ਕਰਕੇ ਸਫਰਨਦੀਪ ਨੂੰ ਸ਼ਗਨ ਦੇ ਗਈਆਂ ਵਿਆਹ ਹੋ ਜਾਣ ਮੰਗਰੋ ਇਕੱਲੇ ਗੁੱਡੀ ਨੂੰ ਛੱਡ ਬਾਕੀ ਸਭ ਰਿਸ਼ਤੇਦਾਰ ਆਪੋ ਆਪਣੀ ਘਰ ਚਲੇ ਗਏ ਸੁੱਖੀ ਸੰਦੀ ਰਾਜੂ ਦਾ ਵਿਆਹ ਨਪੇਰੀ ਛੜ ਗਿਆ ਸਭ ਕਾ ਸਿਹਦਾ ਟਿਕ ਟਿਕਾ ਹੋ ਜਾਣ ਮੰਗਰੋ ਇਕ ਲੇੜੀ ਜਿਸ ਦੇ ਗੁਲਾਬੀ ਰੰਗ ਦਾ ਸੂਟ ਪਹਿਨਿਆ ਹੋਇਆ ਸੀ ਤੇ ਉਸ ਦੇ ਨਾਲ ਪੈਂਟ ਸ਼ਰਟ ਤੇ ਪੂਰੇ ਬੂਟ ਕੱਸੇ ਇੱਕ ਆਦਮੀ ਉਹਨਾਂ ਦੇ ਘਰ ਆ ਗਏ ਉਹਨਾਂ ਨੂੰ ਆਉਂਦਿਆਂ ਦੇਖ ਗੁੱਡੀ ਮਲਕੀਤ ਨੂੰ ਪੁੱਛਣ ਲੱਗੀ ਭਾਬੀ ਆਹ ਕੌਣ ਆ ਰਹੇ ਨੇ ਮਲਕੀਤ ਕਿੱਥੇ ਕੌਣ ਮਲਕੀਤ ਮਨਜੀ ਟੋਟਿਆਂ ਬੂਹੇਵਲ ਚਾਕ ਦੀ ਬੋਲੀ ਮੇਰੇ ਤਾਂ ਪਹਿਚਾਨ ਨਹੀਂ ਆ ਰਹੇ ਕੌਣ ਨੇ ਕੋਈ ਵੱਡੇ ਅਫਸਰ ਲੱਗਦੇ ਆ ਦੇਖਣ ਚ ਤਾਂ ਆਪਣੇ ਘਰ ਇਹਨਾਂ ਕੀ ਲੈਣ ਆਉਣਾ ਇਹਨਾਂ ਨੇ ਕੁੱਡੀ ਫਿਰ ਸ਼ਾਇਦ ਕੋਈ ਰਾਹ ਪੁੱਲ ਗਿਆ ਹੋਣਾ ਮਲਕੀਤ ਹਾਂ ਮੈਨੂੰ ਵੀ ਇਹ ਲੱਗਦਾ ਦੋਨੋਂ ਆਪਸ ਵਿੱਚ ਵਿਚਾਰ ਵਿਟਾਂਦਰਾ ਹੀ ਕਰ ਰਹੇ ਆ ਕਿ ਇਹਨੇ ਨੂੰ ਉਸ ਲੇਡੀ ਕੋ ਲਾਉਂਦਿਆਂ ਉਹਨਾਂ ਨੂੰ ਸਰਸ਼ੀ ਕਾਲ ਬੁਲਾਈ ਇਹ ਸੁਣ ਮਲਕੀਤ ਸਰਸ਼ੀ ਕਾਲ ਜੀ ਪਰ ਮਾਫ ਕਰਨਾ ਅਸੀਂ ਤੁਹਾਨੂੰ ਪਹਿਚਾਨਿਆ ਨਹੀਂ ਤੁਸੀਂ ਕੌਣ ਰਾਜੂ ਤੁਹਾਡਾ ਬੇਟਾ ਹੈ ਮਲਕੀਤ ਜੀ ਹਾਂ ਜੀ ਮੇਰਾ ਨਾਮ ਡਾਕਟਰ ਸੰਦੀਪ ਗਰਵਰਾੜ ਹੈ ਅਸੀਂ ਗੁਰੂ ਗੋਬਿੰਦ ਕਾਲਜ ਤੋਂ ਆਏ ਹਾਂ ਮੇਰਾ ਜੂ ਦੀ ਟੀਚਰ ਤੇ ਇਹ ਹਨ ਮੇਰੇ ਹਸਬੰਦ ਦਵਿੰਦਰ ਵਰਾੜ ਮਲਕੀਤ ਉਹ ਅੱਛਾ ਤੁਸੀਂ ਹਾਂਜੀ ਹਾਂਜੀ ਆਓ ਅੰਦਰ ਲੰਘਾਓ ਮੁਸਕਰਾਉਂਦੀ ਹੋਈ ਬੋਲੀ ਗੁੜੀ ਮਲਕੀਤ ਨੂੰ ਇਸ਼ਾਰਾ ਕਰਦੇ ਹੋਇਆ ਹੈ ਕੌਣ ਨੇ ਮਕੀਤ ਆਪਣੇ ਰਾਜੂ ਦੇ ਕਾਲਜ ਤੋਂ ਉਹਦੀ ਟੀਚਰ ਨੇ ਕੋਈ ਕੰਮ ਆਏ ਹੋਣੇ ਤੁਸੀਂ ਇਹਨਾਂ ਨੂੰ ਰਾਜੂ ਵਾਲੇ ਕਮਰੇ ਵਿੱਚ ਹੀ ਲੈ ਚੱਲੋ ਮੈਂ ਇਹਨਾਂ ਚਾਹ ਤਰਾਂਵਾਂ ਹੌਲੀ ਜਹੀ ਬੋਲੀ ਗੁੱਡੀ ਨਹੀਂ ਨਹੀਂ ਭਾਬੀ ਤੂੰ ਬੈਠ ਇਨਾਂ ਕੋਲ ਚਾ ਮੈਂ ਧਰ ਦਿੰਦੀ ਹਾਂ ਮਲਕੀਤ ਚਲ ਠੀਕ ਹੈ ਇਹਨਾਂ ਕੇ ਮਲਕੀਤ ਉਹਨਾਂ ਨੂੰ ਰਾਜੂ ਦੇ ਕਮਰੇ ਵਿੱਚ ਲੈ ਕੇ ਚਲੇ ਗਏ ਰਣਦੀਪ ਅੰਦਰ ਆਪਣੇ ਕਮਰੇ ਵਿੱਚ ਬੈੱਡ ਉੱਪਰ ਇਕੱਲੀ ਬੈਠੀ ਆਪਣੇ ਮਾਪਿਆਂ ਨਾਲ ਬਿਤਾਈਆਂ ਜਾਂਦਾਂ ਨੂੰ ਤਾਜ਼ਾ ਕਰ ਰਹੀ ਸੀ ਜ਼ਿੰਦਗੀ ਦੇ ਕੁਝ ਹਸੀਨ ਪਲਾਂ ਨੂੰ ਯਾਦ ਕਰ ਉਸ ਦੀਆਂ ਅੱਖਾਂ ਪੜਾਈਆਂ ਜਿਵੇਂ ਮਲਕੀਤ ਉਹਨਾਂ ਨੂੰ ਅੰਦਰ ਲੈ ਆਈ ਰਣਦੀਪ ਚੱਟ ਆਪਣੀ ਅੱਖਾਂ ਸਾਫ਼ ਕਰਦੀ ਹੋਈ ਸਿਰ ਉੱਪਰ ਚੁੰਨੀ ਲੈ ਖੜੀ ਹੋ ਗਈ ਤੇ ਉਹਨਾਂ ਦੇ ਪੈਰੀ ਹੱਥ ਲਗਾਈ ਰਣਦੀਪ ਨੂੰ ਦੇਖਦਿਆਂ ਸਾਰੀ ਲੱਗਦਾ ਇਹ ਹੀ ਆ ਰਾਜੂ ਦੀ ਪਸੰਦ ਕਿਉਂ ਠੀਕ ਹੈ ਨਾ ਮੈਂ ਰਣਦੀਪ ਦੇ ਸਿਰ ਉੱਪਰ ਹੱਥ ਰੱਖਦਿਆਂ ਬੋਲੀ ਮਲਕੀਤ ਹਾਂਜੀ ਬਿਲਕੁਲ ਠੀਕ ਪਹਿਚਾਨਿਆ ਹਲੇ ਕੱਲ ਹੀ ਵਿਆਹ ਕੇ ਆਈ ਡਾਕਟਰ ਸੰਦੀਪ ਬਰਾੜ ਹਾਂਜੀ ਹਾਂਜੀ ਪਤਾ ਸਾਨੂੰ ਵਿਆਹ ਦਾ ਤਾਂ ਇਸੇ ਲਈ ਤਾਂ ਆਏ ਹਾਂ ਇਹ ਨਹੀਂ ਦੂਰੋਂ ਚਲ ਕੇ ਰਾਜੂ ਤਾਂ ਸਾਨੂੰ ਸ਼ਗਨ ਪੈਂਸਾਰ ਹੀ ਲੱਗ ਗਿਆ ਸੀ ਕੈਨ ਕਿ ਮੈਮ ਤੁਸੀਂ ਮੇਰੇ ਵਿਆਹ 'ਚ ਜ਼ਰੂਰ ਆਉਣਾ ਫੋਨ ਵੀ ਲਾਇਆ ਵਿਚਾਰੇ 2-3 ਵਾਰ ਪਰ ਸਾਥੋਂ ਹੀ ਵਾਕੀ ਕੱਲ ਦੀ ਵੀਡੀਓ 'ਚ ਜਾਰੀ ਰੱਖਾਂਗੇ ਜੇ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤਨਫਾਦ